ਵਾਹਿਗੁਰੂ ਵਾਹਿਗੁਰੂ। ਇਹ ਸੱਚ ਜੇ ਗੁਰੂ ਅਮਰਦਾਸ ਦੇ ਬਚਨ ਇੰਨੇ ਜ਼ਾਹਰੇ ਸਨ ਜੋ ਕਹਿ ਦਿੰਦੇ ਸਨ ਬਸ ਅਮੋਗ ਬਾਣ ਸੀ। ਸ਼ਦੈਨ ਹੋ ਗਈ ਆ ਗਈ, ਹਜ਼ੂਰ ਗਾਗਰ ਲੈ ਕੇ ਪਹੁੰਚ ਗਏ। ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਦੇਖਿਆ ਵੀ ਰੌਲਾ ਪੈ ਗਿਆ, ਉਹ ਵਾਲ ਖਿਲਾਰੀ ਫਿਰੇ, ਕਮਲੀ ਹੋਈ, ਬਾਵਰੀ ਹੋ ਗਈ। ਇਸ ਕਰਕੇ ਮੈਂ ਬੇਨਤੀ ਕਰਾਂਗਾ, ਵੈਸੇ ਤੇ ਮਜ਼ਾਕ ਕਿਸੇ ਦਾ ਨਹੀਂ ਉਡਾਉਣਾ ਚਾਹੀਦਾ, ਕਦੀ ਵੀ ਇਬਾਦਤ ਵਾਲੇ ਬੰਦੇ ਦੀ ਪਿੱਠ ਪਿੱਛੇ ਵੀ ਨਿੰਦਿਆ ਨਾ ਕਰੋ। ਮੇਰੇ ਨਹੀਂ ਖਿਆਲ ਮਿਲਦੇ, ਛੱਡੋ ਪਰਾਂ, ਪਰ ਜਿਸ ਰੱਬ ਨੂੰ ਰਝਾਉਂਦਾ ਪਿਆ ਉਹ ਕਦੀ ਨਾ ਇਸ ਤਰ੍ਹਾਂ ਸੋਚੀਏ। ਗੁਰੂ ਅਮਰਦਾਸ ਮਹਾਰਾਜ ਆ ਗਏ, ਉਹ ਆ ਗਈ, ਉੱਥੇ ਹਜ਼ੂਰ ਨੇ ਪੁੱਛਿਆ ਹੋਇਆ ਕੀ? ਕਹਿੰਦੇ ਨੇ ਕਿਸੇ ਦੇ ਕਹਿਣ ਦੀ ਬਜਾਏ ਸਤਿਗੁਰੂ ਬਾਬਾ ਅਮਰਦਾਸ ਹੱਥ ਜੋੜ ਕੇ ਕਹਿੰਦੇ ਆ, ਹਜ਼ੂਰ ਅੱਜ ਆ ਰਿਹਾ ਸਾਂ ਤੇ ਬਾਰਿਸ਼ ਸੀ ਬੜੀ, ਅੱਜ ਖੱਡੀ ਚ ਮੈਂ ਡਿੱਗ ਪਿਆ। ਸਤਿਗੁਰੂ ਨੇ ਘੁੱਟ ਕੇ ਸੀਨੇ ਨਾਲ ਲਾਇਆ, ਕਹਿਣ ਲੱਗੇ ਜਦੋਂ ਫਲ ਪੱਕ ਜਾਂਦਾ ਤੇ ਡਿੱਗਦਾ ਹੁੰਦਾ ਹੈ, ਤੇ ਡਿੱਗੇ ਹੋਏ ਫਿਰ ਸਾਈਂ ਦੇ ਘਰ ਚ ਪ੍ਰਵਾਨ ਹੋ ਜਾਂਦੇ। ਇਸ ਨੂੰ ਡਿੱਗਦਿਆਂ 12 ਸਾਲ ਲੱਗੇ ਆ, ਇਸ ਡਿੱਗਣ ਦਾ ਦੂਜਾ ਨਹੀਂ ਲੈਣਾ, ਨਾਨਕ ਗਰੀਬ ਟੈ ਪਿਆ ਦੁਆਰਾ, ਇੰਨੇ ਸਾਲ ਲੱਗ ਗਏ ਪੱਕਦਿਆਂ। ਉਨੀ ਦੇਰ ਨੂੰ ਔਰਤ ਆ ਗਈ ਤੇ ਪੁੱਛਿਆ ਜੀ ਕੀ? ਉਹਨਾਂ ਕਿਹਾ ਜੀ ਤੁਹਾਡੇ ਸੇਵਾਦਾਰ ਨੂੰ ਬੋਲ ਕਬੋਲ ਬੋਲਿਆ, ਤੰਜ ਕੱਸੀ, ਇਹਨਾਂ ਇੰਨੀ ਕਹਿ ਦਿੱਤਾ ਨੀ ਛਦੈਣੇ ਨੀ ਕਮਲੀਏ, ਮੈਂ ਬੇਥਾਵਾਂ ਨਹੀਂ, ਮੇਰੀ ਥਾਂ ਗੁਰੂ ਹੈ। ਉੱਥੇ ਫਿਰ ਮਹਾਰਾਜ ਨੇ 12 ਬਖਸ਼ਾਂ ਕੀਤੀਆਂ ਭਰੇ ਦਰਬਾਰ ਚ। ਉਹ 12 ਬਖਸ਼ਾਂ ਨੇ ਤੁਮ ਹੋ ਨਿਥਾਵਨ ਕੇ ਥਾਨ, ਕਰ ਹੋ ਨਿਮਾਨੇ ਕੋ ਮਾਨ, ਨੇ ਓਟਿਆਂ ਦੀ ਓਟ, ਨੇ ਆਸਰਿਆਂ ਦਾ ਆਸਰਾ, ਨੇ ਧਰਿਆਂ ਦੀ ਧਰ, ਨੇ ਧੀਰਿਆਂ ਦੀ ਧੀਰ, ਪੀਰਾਂ ਦੇ ਪੀਰ, ਦਿਆਲ ਗਈ ਬਹੋੜ, ਜਗਤ ਬੰਦੀ ਛੋੜ, ਭੰਨਣ ਕਰਨ ਸਮਰੱਥ, ਸਭ ਜੀਵ ਕਾ ਜਿਸ ਹੱਥ। ਇੰਨੀਆਂ ਬਖਸ਼ਾਂ ਕੀਤੀਆਂ, ਹੁਣ ਇਹਦੀ ਡਿਟੇਲ ਚ ਨਹੀਂ ਆਪਾਂ ਜਾਣਾ। ਕਹਿੰਦੇ ਕੌਣ ਕਹਿੰਦਾ ਇਹ ਨਿਥਾਵਾਂ ਹੈ? ਜਿਸ ਨੂੰ ਕਿਤੇ ਥਾਂ ਨਹੀਂ ਮਿਲੀ ਇਹ ਥਾਂ ਦਏਗਾ, ਇਹ ਮਾਣ ਬਣੇਗਾ। ਮੈਂ ਸਿਰਫ ਇੱਕ ਬੇਨਤੀ ਕਰਨ ਲੱਗਾ, ਕੈਸਾ ਹੈ ਗੁਰੂ ਮਿੱਤਰ ਸਾਖੀ ਮੈਂ ਲਈ ਜ਼ਰੂਰ। ਸਮਾਂ ਲੰਘਿਆ, ਧੰਨ ਗੁਰੂ ਅਮਰਦਾਸ ਗੁਰਤਾ ਗੱਦੀ ਤੇ ਅਸੀਨ ਹੋ ਗਏ, ਵਿਰਾਜਮਾਨ ਹੋ ਗਏ। ਗੁਰੂ ਰਾਮਦਾਸ ਜੀ ਦਾ ਆਗਮਨ ਝੂਨਾ ਮੰਡੀ ਹੋਇਆ, ਆਪਨੇ ਦਰਸ਼ਨ ਕੀਤੇ ਹੋਣੇ ਨੇ ਜਿਹੜੇ ਪਾਕਿਸਤਾਨ ਗਏ ਹੋ। ਮੈਂ 2 ਵਾਰੀ ਗਿਆ, ਸੱਚੀ ਮੈਂ ਭੁੱਲਿਆ ਵਾਂ, ਮੈਂ ਕਹਿੰਦਾ ਮੈਨੂੰ ਪਹਿਲਾਂ ਬਹੁਤ ਸਮਾਂ ਪਹਿਲਾਂ ਜਾਣਾ ਚਾਹੀਦਾ ਸੀ। ਉਹ ਝੂਨਾ ਮੰਡੀ ਦੀ ਉਹ ਭੀੜੀ ਗਲੀ, ਅਤੇ ਸੱਚ ਇਹ ਵੇ ਹੋਮੇ 'ਚ ਨਹੀਂ, ਮੈਂ 2 ਵਾਰੀ ਗਿਆ, ਮੈਂ ਕਿਸੇ ਹੋਟਲ 'ਚ ਨਹੀਂ, ਮੈਂ ਉੱਥੇ ਰੁਕਣ ਦਾ ਯਤਨ ਕੀਤਾ ਜਿੱਥੇ ਮੇਰੇ ਸਤਿਗੁਰੂ ਨੇ ਸਿਰ 'ਤੇ ਟੋਕਰੀ ਚੁੱਕ ਕੇ ਗਲੀ 'ਚ ਘੁੰਮਣੀਆਂ ਵੇਚੀਆਂ।